ਦੇਖੋ ਗੱਲ ਕਰੀਏ ਫਰੀਦਕੋਟ ਦੇ ਸਾਬਕਾ ਵਿਧਾਇਕ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਦੇ ਈਡੀ ਦੀ ਰੇਡ ਹੈ ਜਿਹੜੀ ਸੁਬਹਾ 6 ਵਜੇ ਤੋਂ ਚੱਲ ਰਹੀ ਹੈ। ਤੁਹਾਨੂੰ ਦੱਸ ਦਾਂ ਕਿ ਪਿੱਛੇ ਤੁਸੀਂ ਮੇਰੇ ਵੀਰੋ ਸਾਬਕਾ ਵਿਧਾਇਕ ਜਿਹੜੇ ਅਕਾਲੀ ਦਲ ਦੇ ਨੇ ਦੀ ਮਲਹੋਤਰਾ ਸ਼ਰਾਬ ਦੇ ਵੱਡੇ ਕਾਰੋਬਾਰੀ ਨੇ, ਕਾਰੋਬਾਰਾਂ 'ਚ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰ ਹੈ ਇਹਨਾਂ ਦਾ, ਅਤੇ ਈਡੀ ਦੀ ਰੇਡ ਸੁਬਹਾ 6 ਵਜੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਈਡੀ ਦੀ ਰੇਡ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਜਿਹੜੀ ਰੇਡ ਹੈ ਉਹ ਵੀ ਹੋ ਚੁੱਕੀ ਹੈ। ਅਤੇ ਦੱਸ ਦਈਏ ਕਿ ਇਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਨੇ ਟਿਕਾਣੇ ਨੇ, ਉਹਨਾਂ ਟਿਕਾਣਿਆਂ 'ਤੇ ਸੁਬਹਾ 6 ਵਜੇ ਤੋਂ ਰੇਡ ਚੱਲ ਰਹੀ ਹੈ, 3-4 ਟਿਕਾਣਿਆਂ 'ਤੇ ਜਿਹੜੇ ਅਲੱਗ ਅਲੱਗ ਮੁਲਾਜ਼ਮ ਨੇ ਜਿਹੜੇ। ਹੋਰ ਦੱਸ ਦਈਏ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮੁਲਾਜ਼ਮ ਨਾਲ ਆਏ ਨੇ ਈਡੀ ਦੇ ਉਹ ਵੀ ਬਾਹਰ ਦੇ ਮੁਲਾਜ਼ਮ ਨੇ, ਕਿਉਂਕਿ ਇੱਥੋਂ ਦੇ ਮੁਲਾਜ਼ਮ ਨਹੀਂ, ਅਤੇ ਨਾਲ ਦੀ ਨਾਲ ਲੋਕਲ ਪੁਲਿਸ ਅਤੇ ਖੁਫੀਆ ਵਿਭਾਗ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਉਹ ਵੀ ਸੁਬਹਾ ਤੋਂ ਹੀ ਅਜੇ ਲੱਭ ਰਹੇ ਨੇ ਕਿ ਆਖਿਰਕਾਰ ਕਿੱਥੇ ਕਿੱਥੇ ਰੇਡ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪੂਰੀ ਗੁਪਤ ਰੇਡ ਹੈ ਜਿਹੜੀ ਇਹ ਕੀਤੀ ਗਈ ਹੈ, ਅਤੇ ਨਾ ਹੀ ਲੋਕਲ ਪੁਲਿਸ ਨੂੰ ਦੱਸਿਆ ਗਿਆ, ਨਾ ਹੀ ਖੁਫੀਆ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਬਾਰੇ ਕੋਈ ਭਿੰਨਕਾ। ਅਤੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਸੋਰਸ ਨੇ, ਅਧਿਕਾਰੀ ਨੇ, ਜਿਹੜੇ ਮੁਲਾਜ਼ਮਾਂ ਨੂੰ ਨਾਂ ਦੱਸਣ ਸੁਰਤ ਦੱਸਿਆ ਕਿ ਈਡੀ ਦੀ ਰੇਡ ਹੈ, ਸੁਬਹਾ ਤੋਂ ਅਸੀਂ 6 ਵਜੇ ਦੇ ਆਏ ਹੋਏ ਹਾਂ, ਤਾਂ ਅਲੱਗ ਅਲੱਗ ਟਿਕਾਣਿਆਂ 'ਤੇ ਜਿਹੜੇ ਸ਼ਰਾਬ ਕਾਰੋਬਾਰੀ ਮਲਹੋਤਰਾ ਨੇ ਉਹਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਅਤੇ ਪਹਿਲੀ ਰੇਡ ਨੇ ਉਸ ਤੋਂ ਬਾਅਦ ਪਹਿਲਾਂ ਕਈ ਵਾਰ ਰੇਡ ਹੋਰ ਹੋ ਚੁੱਕੀ ਨੇ, ਇਨਕਮ ਟੈਕਸ ਦੀ ਰੇਡਾਂ ਵੀ ਹੋ ਚੁੱਕੀਆਂ ਨੇ, ਅਤੇ ਲੇਕਿਨ 56 ਲਗਾਤਾਰ ਆ ਜਿਹੜਾ ਹੁਣ ਇਹ ਜਿਹੜੇ ਨੇ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਉਹਦੇ ਕੱਸਿਆ ਜਾ ਰਿਹਾ। ਦੇਖੋ ਗੱਲ ਕਰੀਏ ਫਰੀਦਕੋਟ ਦੇ ਸਾਬਕਾ ਵਿਧਾਇਕ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਦੇ ਈਡੀ ਦੀ ਰੇਡ ਹੈ ਜਿਹੜੀ ਸੁਬਹਾ 6 ਵਜੇ ਤੋਂ ਚੱਲ ਰਹੀ ਹੈ। ਤੁਹਾਨੂੰ ਦੱਸ ਦਾਂ ਕਿ ਪਿੱਛੇ ਤੁਸੀਂ ਮੇਰੇ ਵੀਰੋ ਸਾਬਕਾ ਵਿਧਾਇਕ ਜਿਹੜੇ ਅਕਾਲੀ ਦਲ ਦੇ ਨੇ ਦੀ ਮਲਹੋਤਰਾ ਸ਼ਰਾਬ ਦੇ ਵੱਡੇ ਕਾਰੋਬਾਰੀ ਨੇ, ਕਾਰੋਬਾਰਾਂ 'ਚ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰ ਹੈ ਇਹਨਾਂ ਦਾ, ਅਤੇ ਈਡੀ ਦੀ ਰੇਡ ਸੁਬਹਾ 6 ਵਜੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਈਡੀ ਦੀ ਰੇਡ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਜਿਹੜੀ ਰੇਡ ਹੈ ਉਹ ਵੀ ਹੋ ਚੁੱਕੀ ਹੈ। ਅਤੇ ਦੱਸ ਦਈਏ ਕਿ ਇਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਨੇ ਟਿਕਾਣੇ ਨੇ, ਉਹਨਾਂ ਟਿਕਾਣਿਆਂ 'ਤੇ ਸੁਬਹਾ 6 ਵਜੇ ਤੋਂ ਰੇਡ ਚੱਲ ਰਹੀ ਹੈ, 3-4 ਟਿਕਾਣਿਆਂ 'ਤੇ ਜਿਹੜੇ ਅਲੱਗ ਅਲੱਗ ਮੁਲਾਜ਼ਮ ਨੇ ਜਿਹੜੇ। ਹੋਰ ਦੱਸ ਦਈਏ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮੁਲਾਜ਼ਮ ਨਾਲ ਆਏ ਨੇ ਈਡੀ ਦੇ ਉਹ ਵੀ ਬਾਹਰ ਦੇ ਮੁਲਾਜ਼ਮ ਨੇ, ਕਿਉਂਕਿ ਇੱਥੋਂ ਦੇ ਮੁਲਾਜ਼ਮ ਨਹੀਂ, ਅਤੇ ਨਾਲ ਦੀ ਨਾਲ ਲੋਕਲ ਪੁਲਿਸ ਅਤੇ ਖੁਫੀਆ ਵਿਭਾਗ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਉਹ ਵੀ ਸੁਬਹਾ ਤੋਂ ਹੀ ਅਜੇ ਲੱਭ ਰਹੇ ਨੇ ਕਿ ਆਖਿਰਕਾਰ ਕਿੱਥੇ ਕਿੱਥੇ ਰੇਡ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪੂਰੀ ਗੁਪਤ ਰੇਡ ਹੈ ਜਿਹੜੀ ਇਹ ਕੀਤੀ ਗਈ ਹੈ, ਅਤੇ ਨਾ ਹੀ ਲੋਕਲ ਪੁਲਿਸ ਨੂੰ ਦੱਸਿਆ ਗਿਆ, ਨਾ ਹੀ ਖੁਫੀਆ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਬਾਰੇ ਕੋਈ ਭਿੰਨਕਾ। ਅਤੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਸੋਰਸ ਨੇ, ਅਧਿਕਾਰੀ ਨੇ, ਜਿਹੜੇ ਮੁਲਾਜ਼ਮਾਂ ਨੂੰ ਨਾਂ ਦੱਸਣ ਸੁਰਤ ਦੱਸਿਆ ਕਿ ਈਡੀ ਦੀ ਰੇਡ ਹੈ, ਸੁਬਹਾ ਤੋਂ ਅਸੀਂ 6 ਵਜੇ ਦੇ ਆਏ ਹੋਏ ਹਾਂ, ਤਾਂ ਅਲੱਗ ਅਲੱਗ ਟਿਕਾਣਿਆਂ 'ਤੇ ਜਿਹੜੇ ਸ਼ਰਾਬ ਕਾਰੋਬਾਰੀ ਮਲਹੋਤਰਾ ਨੇ ਉਹਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਅਤੇ ਪਹਿਲੀ ਰੇਡ ਨੇ ਉਸ ਤੋਂ ਬਾਅਦ ਪਹਿਲਾਂ ਕਈ ਵਾਰ ਰੇਡ ਹੋਰ ਹੋ ਚੁੱਕੀ ਨੇ, ਇਨਕਮ ਟੈਕਸ ਦੀ ਰੇਡਾਂ ਵੀ ਹੋ ਚੁੱਕੀਆਂ ਨੇ, ਅਤੇ ਲੇਕਿਨ 56 ਲਗਾਤਾਰ ਜਿਹੜਾ ਹੁਣ ਇਹ ਜਿਹੜੇ ਨੇ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਉਹਦੇ ਕੱਸਿਆ ਜਾ ਰਿਹਾ। ਦੇਖੋ ਗੱਲ ਕਰੀਏ ਫਰੀਦਕੋਟ ਦੇ ਸਾਬਕਾ ਵਿਧਾਇਕ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਦੇ ਈਡੀ ਦੀ ਰੇਡ ਹੈ ਜਿਹੜੀ ਸੁਬਹਾ 6 ਵਜੇ ਤੋਂ ਚੱਲ ਰਹੀ ਹੈ। ਤੁਹਾਨੂੰ ਦੱਸ ਦਾਂ ਕਿ ਪਿੱਛੇ ਤੁਸੀਂ ਮੇਰੇ ਵੀਰੋ ਸਾਬਕਾ ਵਿਧਾਇਕ ਜਿਹੜੇ ਅਕਾਲੀ ਦਲ ਦੇ ਨੇ ਦੀ ਮਲਹੋਤਰਾ ਸ਼ਰਾਬ ਦੇ ਵੱਡੇ ਕਾਰੋਬਾਰੀ ਨੇ, ਕਾਰੋਬਾਰਾਂ 'ਚ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ, ਅਤੇ ਈਡੀ ਦੀ ਰੇਡ ਸੁਬਹਾ 6 ਵਜੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਈਡੀ ਦੀ ਰੇਡ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਜਿਹੜੀ ਰੇਡ ਹੈ ਉਹ ਵੀ ਹੋ ਚੁੱਕੀ ਹੈ। ਅਤੇ ਦੱਸ ਦਈਏ ਕਿ ਇਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਨੇ ਟਿਕਾਣੇ ਨੇ, ਉਹਨਾਂ ਟਿਕਾਣਿਆਂ 'ਤੇ ਸੁਬਹਾ 6 ਵਜੇ ਤੋਂ ਰੇਡ ਚੱਲ ਰਹੀ ਹੈ, 3-4 ਟਿਕਾਣਿਆਂ 'ਤੇ ਜਿਹੜੇ ਅਲੱਗ ਅਲੱਗ ਮੁਲਾਜ਼ਮ ਨੇ ਜਿਹੜੇ। ਹੋਰ ਦੱਸ ਦਈਏ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮੁਲਾਜ਼ਮ ਨਾਲ ਆਏ ਨੇ ਈਡੀ ਦੇ ਉਹ ਵੀ ਬਾਹਰ ਦੇ ਮੁਲਾਜ਼ਮ ਨੇ, ਕਿਉਂਕਿ ਇੱਥੋਂ ਦੇ ਮੁਲਾਜ਼ਮ ਨਹੀਂ, ਅਤੇ ਨਾਲ ਦੀ ਨਾਲ ਲੋਕਲ ਪੁਲਿਸ ਅਤੇ ਖੁਫੀਆ ਵਿਭਾਗ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਉਹ ਵੀ ਸੁਬਹਾ ਤੋਂ ਹੀ ਅਜੇ ਲੱਭ ਰਹੇ ਨੇ ਕਿ ਆਖਿਰਕਾਰ ਕਿੱਥੇ ਕਿੱਥੇ ਰੇਡ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪੂਰੀ ਗੁਪਤ ਰੇਡ ਹੈ ਜਿਹੜੀ ਇਹ ਕੀਤੀ ਗਈ ਹੈ, ਅਤੇ ਨਾ ਹੀ ਲੋਕਲ ਪੁਲਿਸ ਨੂੰ ਦੱਸਿਆ ਗਿਆ, ਨਾ ਹੀ ਖੁਫੀਆ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਬਾਰੇ ਕੋਈ ਭਿੰਨਕਾ। ਅਤੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਸੋਰਸ ਨੇ, ਅਧਿਕਾਰੀ ਨੇ, ਜਿਹੜੇ ਮੁਲਾਜ਼ਮਾਂ ਨੂੰ ਨਾਂ ਦੱਸਣ ਸੁਰਤ ਦੱਸਿਆ ਕਿ ਈਡੀ ਦੀ ਰੇਡ ਹੈ, ਸੁਬਹਾ ਤੋਂ ਅਸੀਂ 6 ਵਜੇ ਦੇ ਆਏ ਹੋਏ ਹਾਂ, ਤਾਂ ਅਲੱਗ ਅਲੱਗ ਟਿਕਾਣਿਆਂ 'ਤੇ ਜਿਹੜੇ ਸ਼ਰਾਬ ਕਾਰੋਬਾਰੀ ਮਲਹੋਤਰਾ ਨੇ ਉਹਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਅਤੇ ਪਹਿਲੀ ਰੇਡ ਨੇ ਉਸ ਤੋਂ ਬਾਅਦ ਪਹਿਲਾਂ ਕਈ ਵਾਰ ਰੇਡ ਹੋਰ ਹੋ ਚੁੱਕੀ ਨੇ, ਇਨਕਮ ਟੈਕਸ ਦੀ ਰੇਡਾਂ ਵੀ ਹੋ ਚੁੱਕੀਆਂ ਨੇ, ਅਤੇ ਲੇਕਿਨ 56 ਲਗਾਤਾਰ ਜਿਹੜਾ ਹੁਣ ਇਹ ਜਿਹੜੇ ਨੇ ਸ਼ਰਾਬ ਦੇ ਕਾਰੋਬਾਰੀ ਦੀ ਮਲਹੋਤਰਾ ਉਹਦੇ ਕੱਸਿਆ ਜਾ ਰਿਹਾ।